ਤਰਨ ਤਾਰਨ ਦੇ ਪਿੰਡ ਪੋਜੀਆਂ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪੋਲਿੰਗ ਬੂਥ ਵਿੱਚ ਵੱਡਾ ਹੰਗਾਮਾ ਹੋਇਆ ਹੈ। ਸਰਕਾਰੀ ਹਾਈ ਸਕੂਲ ਪਿੰਡ ਪੋਜੀਆਂ ਵਿੱਚ ਦੋ ਉਮੀਦਵਾਰ ਵੋਟ ਪਾਉਣ ਸੰਬੰਧੀ ਹੱਥੋਪਾਈ ਹੋ ਗਏ। ਇਸ ਪਿੱਛੋਂ ਪੋਲਿੰਗ ਬੂਥ ਅੰਦਰ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। ਇਸ ਕੁੱਟਮਾਰ ਵਿੱਚ ਅਕਾਲੀ ਵਰਕਰ ਸ਼ਰਨਜੀਤ ਸਿੰਘ, ਉਸਦਾ ਬੇਟਾ ਅਤੇ ਇੱਕ ਕਾਂਗਰਸੀ ਵਰਕਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਦੇ ਲਈ ਚਵਾਲ ਸਥਿਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੋਵੇਂ ਪਾਰਟੀਆਂ ਨੇ ਇੱਕ ਦੂਜੇ ਦੇ ਹਮਲਾ ਕਰਨ ਦੇ ਦੋਸ਼ ਲਗਾਏ ਹਨ।